ਦੀਨਾਨਗਰ ਸ਼ਹਿਰ ਦੇ ਵਿੱਚ ਪੈਂਦੀ ਪਾਸ਼ ਰਿਹਾਇਸ਼ੀ ਆਨੰਦ ਵਿਹਾਰ ਕਲੋਨੀ ਵਿੱਚ ਦਿਨੇ ਦੁਪਹਿਰੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ ਅਤੇ ਕੁਝ ਘੰਟਿਆਂ ਦੇ ਬੰਦ ਪਏ ਘਰ ਵਿੱਚ ਦਾਖਲ ਹੋ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਿਤ ਸ਼ਾਮ ਮਹਾਜਨ ਨੇ ਦੱਸਿਆ ਕਿ ਸਵੇਰੇ ਜਦੋਂ ਘਰ ਤੋਂ ਗਿਆ ਤਾਂ ਦੁਪਹਿਰ ਨੂੰ ਘਰ ਆ ਕੇ ਦੇਖਿਆ ਤਾਂ ਚੋਰਾਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ 50,000 ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਘਰ ਵਿੱਚੋਂ ਗਾਇਬ ਸਨ। ਉੱਥੇ ਹੀ ਮੌਕੇ 'ਤੇ ਪਹੁੰਚੇ DSP ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਅਤੇ ਮੌਕੇ 'ਤੇ ਪਹੁੰਚੇ ਹਨ। ਚੋਰਾਂ ਵੱਲੋਂ ਕੁਝ ਨਕਦੀ ਅਤੇ ਗਹਿਣੇ ਚੋਰੀ ਕੀਤੇ ਗਏ ਹਨ। ਪੀੜਿਤ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕੀਤਾ ਜਾਵੇਗਾ। ਕੱਪੜੇ ਕੁੱਪੜੇ ਖਰਾਬ ਆ ਗਏ, ਇਹ ਤੋਂ ਮੇਰੀਆਂ ਪੈਂਟਾਂ ਵੀ ਨਹੀਂ, ਮੈਂ ਇੱਕ ਸਵਾਰ ਨੂੰ ਪੈਂਟਾਂ ਨਹੀਂ ਕੀਤਾ। ਤੁਹਾਨੂੰ ਅਜੇ ਪਹਿਲਾਂ ਚਾਂਸ ਹੋਇਆ ਜੀ, ਕੱਪੜੇ ਆਨੰਦ ਵਿਹਾਰ ਦੇ ਵਿੱਚ ਦੁਪਹਿਰ ਨੂੰ ਚੋਰੀ ਹੋਈ ਹੈ, ਜਿਹਦਾ ਮਾਲਕ ਦਾ ਨਾਂ ਸ਼ਾਮ ਸੁੰਦਰ ਸਨ ਆਫ ਸ਼੍ਰੀ ਬਦਰੀਨਾਥ। ਚੋਰ ਹੈ ਉਹ ਆਪਣੇ ਪੂਰੇ ਹਥਿਆਰ ਨਾਲ ਲੈ ਕੇ ਆਏ ਨੇ ਰਾਡਾ ਰੂਡਾ, ਅਤੇ ਕਮਰੇ ਦਰਵਾਜ਼ੇ ਤੋੜ ਕੇ ਅੰਦਰ ਵੜੇ ਆ, ਅਤੇ ਦੁਪਹਿਰ ਨੂੰ ਹੀ 10:30 ਤੋਂ ਲੈ ਕੇ ਅਤੇ 2 ਵਜੇ ਦੇ ਵਿੱਚ ਦਿਨੇ ਹੀ ਇਹ ਕਾਰਨਾਮਾ ਹੋਇਆ, ਜਿਹੜਾ ਕਿ ਬਹੁਤ ਨੁਕਸਾਨਦੇਹ ਹੈ ਔਰ ਜਿਹੜਾ ਕਿ ਬਹੁਤ ਹੀ ਡਰਾਵਣਾ, ਕਲੋਨੀ ਵਾਸਤੇ ਵੀ ਡਰਾਵਣਾ, ਸਮਾਜ ਵਾਸਤੇ ਵੀ ਡਰਾਵਣਾ, ਕਿਉਂਕਿ ਕਲੋਨੀ ਦੇ ਵਿੱਚ ਹਮੇਸ਼ਾ ਹੀ ਸ਼ਾਂਤੀ ਹੁੰਦੀ ਹੈ, ਆਬਾਦੀ ਖੁੱਲ੍ਹੀ ਹੁੰਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਸੁਸਤੀ ਦੀ ਚਾਲ ਚੱਲ ਰਿਹਾ ਵਾ, ਇਹ ਪੂਰੀ ਮੁਸਤੈਦੀ ਨਾਲ ਕੰਮ ਕਰੇ ਅਤੇ ਲੋਕਾਂ ਦਾ ਜਿਹੜਾ ਵਿਸ਼ਵਾਸ ਬਹਾਲ ਕਰੇ, ਅਤੇ ਤਾਂ ਕਿ ਲੋਕ ਆਪਣੇ ਸੁੱਖ ਸ਼ਾਂਤੀ ਨਾਲ ਆਪਣੀਆਂ ਕਲੋਨੀਆਂ 'ਚ ਰਹਿ ਸਕਣ। 2:35 ਦੇ ਆਇਆ ਘਰ, 2:30 ਦੇ ਆ ਕੇ ਮੈਂ ਆਪਣਾ ਦਰਵਾਜ਼ਾ ਖੋਲ੍ਹਿਆ, ਅੰਦਰ ਆ ਕੇ ਦੇਖਿਆ ਅਤੇ ਸਾਰੇ ਕਮਰੇ ਗਿਆ, ਕਿਚਨ 'ਚ ਪਹਿਲੇ ਉਹ ਖਲਾਰਾ ਪੇਤਾ ਅਤੇ ਮੈਂ ਹੈਰਾਨ ਹੋ ਗਿਆ। ਅਗਲੇ ਕਮਰੇ ਗਿਆ ਅਤੇ ਸਾਰੇ ਬੈੱਡ ਪਟੋਏ ਅਤੇ ਫਿਰ ਅਗਲੇ 'ਚ ਗਿਆ, ਮੰਦਰ 'ਚ ਗਿਆ ਉਹ ਵੀ ਖਲਾਰਾ, ਅੱਗੇ ਗਿਆ ਸਾਡੇ ਲਾਕਰ ਸਾਰਾ ਖੁੱਲ੍ਹੇ ਹੀ। ਨੁਕਸਾਨ ਸਾਡਾ ਜੀ 50,000 ਰੁਪਇਆ ਨਗਦ ਆ, ਕੈਸ਼, ਲੇਡੀ ਦੀਆਂ ਥੱਦੀਆਂ ਵੇਚਦੀਆਂ ਸੀ ਨਵੀਆਂ, ਅਤੇ ਪਲੱਸ ਚਾਂਦੀ ਦੇ ਭਾਂਡੇ ਅਤੇ 10 ਕੁ ਗ੍ਰਾਮ ਸੋਨਾ ਮੈਂ ਉਹਦੇ ਨੂੰ। ਪੁਲਿਸ ਨੂੰ ਤਾਂ ਇਹੀ ਹੈ ਕਹਿੰਦੇ ਹਾਂ ਕਿ ਬੰਦੇ ਫੜ ਕੇ ਲੱਭੋ ਦਿਓ, ਸਾਡਾ ਸਮਾਨ ਦਵਾਓ ਔਰ ਮਾਲ ਦਵਾਓ, ਹੋਰ ਕੀ ਕਹਿ ਸਕਦੇ। ਆਪਣੇ ਬਹੂ ਹੋਣਾਂ ਨੇ ਦੱਸਿਆ ਵੀ ਸਾਡੇ ਘਰ ਚੋਰੀ ਹੋ ਗਈ ਜੀ, ਸਮਾਨ ਜਿਹੜਾ ਚੋਰੀ ਹੋਇਆ, ਸ਼ਾਮ ਸੁੰਦਰ ਜੀ ਬਦਰੀਨਾਥ ਇਹਨਾਂ ਦੇ ਘਰ ਆਏ ਹਾਂ, ਜੋ ਵੀ ਚੋਰੀ ਹੋਈ ਆ ਵੇਖਦੇ ਹਾਂ ਜੀ, ਹੁਣ ਕੈਮਰੇ ਚੈੱਕ ਕਰ ਰਹੇ ਹਾਂ। 50,000 ਰੁਪਇਆ ਨਗਦ ਕਹਿਣ ਡੇ, ਕੋਈ ਸੋਨਾ ਕਹਿਣ ਡੇ ਜੀ, ਕਾਰਵਾਈ ਪਰਚਾ ਦੇ ਦਿੰਦੇ ਹਾਂ ਜੀ, ਕੈਮਰੇ ਚੈੱਕ ਕਰਕੇ ਜੇ ਕੋਈ ਆਇਆ ਪੁਰਸ਼ ਅਤੇ ਇਹਨਾਂ ਦੇ ਜੋ ਬਿਆਨ ਲਿਖਾਉਣ ਹੋਵੇ ਪਰਚਾ ਦੇ ਦਿੰਦੇ। ਇੰਡੀਆ ਕ੍ਰਾਈਮ ਨਿਊਜ਼।
ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈਂ ਇੰਡੀਆ ਕ੍ਰਾਈਮ ਨਿਊਜ਼।